ਅਸਦਾ ਬੰਦ ਸੁਲਤਾਨ ਰਫੀਮ ਦਾ ਮੈਂ ਪਤਾ ਨਹੀਂ ਕਈ ਮਹਿਫਲਾਂ ਦੇ ਦੱਸ ਚੁੱਕਿਆ। ਜਨਾਬ ਸਾਲਕ ਸਾਹਿਬ ਨੇ ਸ਼ਾਇਦ ਦੁਬਈ ਤੱਕਿਆ ਹੋਇਆ ਕਿ ਮੈਂ ਇਹ ਗੱਲ ਆਖੀ ਕਿ ਨਾ ਫਨ ਮੁਕੰਮਲ ਸ਼ਾਇਰੀ ਦਾ ਮੇਰੇ ਕੋਲ ਮੇਰੇ ਸੋਹਣੇ ਵੀਰ ਗਏ ਨੇ ਮਹਿਫਲ ਦੱਸੋ ਇਹਨਾਂ ਨੂੰ ਪੁੱਛੋ ਇਹਨਾਂ ਪੁੱਛਿਆ ਮੈਨੂੰ ਮੈਂ ਕੋਈ ਡਿਮਾਂਡ ਕੋਈ ਗੱਲ ਆਖੀ ਸਾਲਕ ਸਾਹਿਬ ਲੇਕਿਨ ਬਾਲੇ ਇਹਨਾਂ ਨੂੰ ਆਦਤ ਹੈ ਬਚਪਨ ਦੀ ਸਮਝ ਗਏ ਹੋ ਨਾ ਅਗਿਲਾ ਕਰਨ ਦੀ ਬਚਪਨ ਦੀ ਆਦਤ ਹੁੰਦੀ ਹੈ ਉਹ ਨਾ ਮਹਿਫਲ ਦੇ ਚ ਮੁੜਦੇ ਨੇ ਨਾ ਘਰ ਮੁੜਦੇ ਨੇ ਨਾ ਬਾਜ਼ਾਰ ਚ ਮੁੜਦੇ ਨੇ ਨਾ ਪਿੰਡ ਕੁਰਬਾਨ ਜਾਵਾਂ ਸਰਕਾਰ ਤੋਂ ਔਰ ਮੈਂ ਆਖਿਆ ਨਾ ਫਨ ਮੁਕੰਮਲ ਸ਼ਾਇਰੀ ਦਾ ਨਾ ਮੰਗਤਿਆਂ ਬੇਸ਼ੁਮਾਰਾ ਕਸਮੇ ਖਾਲਕੇ ਕਾਇਨਾਤ ਦੀ ਜੇ ਮੰਗਤਾ ਮੁਹੰਮਦ ਆਲੇ ਮੁਹੰਮਦ ਦੀ ਗਲੀ ਦਾ ਜੇ ਮੰਗਤਾ ਮੌਲਾ ਅਲੀ ਅਲੈਹ ਸਲਾਮ ਦੇ ਬੂਹੇ ਦਾ ਜੇ ਖੁਦਾ ਕਰਾਂ ਇਮਾਮ ਹੁਸੈਨ ਦੀ ਗਲੀ ਦਾ ਨਾ ਫਨ ਮੁਕੰਮਲ ਸ਼ਾਇਰੀ ਦਾ ਨਾ ਮੰਗਤਿਆਂ ਵਿੱਚ ਸ਼ੁਮਾਰਾ ਜ਼ਾਤੀ ਦਾ ਗੁਜਰੇ ਤਾਂ ਯਾਰੋ ਨਾ ਸਮਝ ਲਿਓ ਕੋਈ ਫਨਕਾਰਾ ਮੈਂ ਸੰਮੋੜ ਗਰਾਂ ਮੇਰਾ ਮੈਂ ਤੇ ਹਰ ਕੌਮ ਦਾ ਤਾਵਿਆਦਾਰ ਹਾਂ ਸਾਈਂ ਸੁਹੇਲ ਮੈਨੂੰ ਕਹਿੰਦੇ ਪਰ ਮੌਲਾ ਅਲੀ ਦਾ ਹੋਬਦਾਰ ਹਾਂ ਲਸਟ ਆਪਣੇ ਮੌਸਲ ਵੀਰ ਚੋਰੀ ਹਰੂਨ ਆਪ ਬੋਖਣ ਬੋੜ ਜਨਾਬ ਚੋਰੀ ਸਾਲਕ ਅਫਸਾਨਵਾਲ ਚੋਰੀ ਸੁਬਾਨੀ ਸਾਹਿਬ ਅਫਸਾਨਵਾਲ ਹਾਲ ਮੁਕੀਮ ਦਵਾਈ ਉਹਨਾਂ ਦੀ ਫਰਮਾਇਸ਼ ਤੇ ਸੁਲਤਾਨ ਬਾਬ ਸਾਹਿਬ ਦਾ ਬੰਦ ਤੇ ਸਰਕਾਰ ਚੰਗ ਦੇ ਸ਼ਹਿਨਸ਼ਾਹ ਲਿਖਦੇ ਨੇ ਚੜਵੇ ਚੰਨਾ ਸ਼ਰਾਬ ਮਨਾ ਨੀ ਜੇ ਰੱਖੀ ਹੋ ਸੰਭਾਲੀ ਦਸ ਨਾ ਫਸ ਇਸ ਦੁਨੀਆ ਤੇ ਕਿਹੜਾ ਅਬੂ ਖਾਲੀ ਜੇ ਕਰਦੀ ਇਲਮ ਵਿੱਚ ਹੁੰਦਾ ਤਾਂ ਸਰ ਲੈਦੇ ਕਿਉਂ ਚੜਦੇ ਓ ਥਾਰਾ
جناب چودھری سہیل گجر آف ڈیگا، جناب سبانی صاحب، ارون صاحب دی فرمائش تے چند بینت آندے نے، چند بینت بوٹا صاحب دے ساڈے گجرات شہر دے بوٹا صاحب ہوئے نے، بڑے پیارے شاعر تے بوٹا صاحب لکھتے نے۔ امجد صاحب بڑی توجہ کرنی ہے اس بندے دا، تے محمد بوٹا گجرات والے بینت لکھتے ہیں، لیکن اس تو پہلا ایک بند پڑھنا مجبوری بن گئی ہے، کیونکہ میں پہلا دس چکا ہوں کہ بعد احمد نے بچپن کی بماری ہوتی ہے، تو وہ بماری انہوں نے اس ویلے نکلنی ہے جسے چڑی پھسی ہاتھ بازا، جسے چڑی پھسی ہاتھ بازا، بڑیاں ہوا چمن تکیاں نے ہتھے گڑیاں زور دیاں، چڑھ چڑھ کے اونچیاں ڈگیاں نے، جدو رسیاں ٹوٹیاں نے ڈور دیاں، آواز ملک دی ملک چرے زندہ، کوکاں مٹ جانیاں کوڑے شور دیاں، پر جڑا مرن تو پہلو مرے قصور مندا، تماں تو مدیاں نے ادی گور دیاں۔ جناب سالک صاحب دی فرمائش تے چند بیت تے بوٹا صاحب لکھتے نے، آ شکل مندیاں اور نکل آوندی ہے، تے دال دس ہاں میرے